ਇੱਕ ਸਕੂਲੀ ਬੱਸ ਤੇ ਟਰੱਕ ਦਾ ਭਿਆਨਕ ਸੜਕੀ ਹਾਦਸਾ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਖੇਤ ਵਿੱਚ ਜਾ ਕੇ ਪਲਟ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸਕੂਲੀ ਬੱਸ ਦੇ ਵਿੱਚ ਕਾਫੀ ਬੱਚੇ ਸਵਾਰ ਸਨ ਔਰ ਅਚਾਨਕ ਇਹ ਬੱਸ ਮੇਨ ਰੋਡ ਤੇ ਚੜ ਰਹੀ ਸੀ ਔਰ ਉਧਰੋਂ ਤੇਜ਼ ਰਫਤਾਰ ਦੇ ਨਾਲ ਆ ਰਹੇ ਟਰੱਕ ਦੇ ਨਾਲ ਜ਼ੋਰਦਾਰ ਟੱਕਰ ਹੋਈ। ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਔਰ ਇਹ ਟਰੱਕ ਦਾ ਸੰਤੁਲਨ ਵਿਗੜ ਗਿਆ ਔਰ ਖੇਤ ਵਿੱਚ ਜਾ ਕੇ ਪਲਟ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਗਲਤੀ ਕਿਸ ਦੀ ਸੀ, ਕਿਸ ਦੀ ਵਜ੍ਹਾ ਦੇ ਕਰਕੇ ਇਹ ਭਿਆਨਕ ਹਾਦਸਾ ਹੋਇਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਔਰ ਟਰੱਕ ਦੇ ਡਰਾਈਵਰ ਔਰ ਉਸਦੇ ਸਾਥੀ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਗੁਰਦਾਸਪੁਰ ਕਲਾਨੌਰ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਇਹ ਭਿਆਨਕ ਸੜਕੀ ਹਾਦਸਾ ਹੋਇਆ। ਨਿੱਜੀ ਸਕੂਲ ਦੀ ਬੱਸ ਅਤੇ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ। ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਔਰ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ। ਦਰਅਸਲ ਸਕੂਲੀ ਬੱਸ ਮੇਨ ਰੋਡ ਤੇ ਚੜ੍ਹ ਰਹੀ ਸੀ, ਉਧਰੋਂ ਤੇਜ਼ ਰਫਤਾਰ ਦੇ ਨਾਲ ਟਰੱਕ ਆ ਰਿਹਾ ਸੀ। ਦੋਵਾਂ ਦੀ ਭਿਆਨਕ ਟੱਕਰ ਹੋਈ ਔਰ ਇੱਕਦਮ ਟਰੱਕ ਡਰਾਈਵਰ ਨੇ ਸਟੇਅਰਿੰਗ ਮੋੜ ਲਿਆ ਔਰ ਖੇਤ ਵਿੱਚ ਜਾ ਕੇ ਟਰੱਕ ਪਲਟ ਗਿਆ। ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਗੁਰਦਾਸਪੁਰ ਕਲਾਨੌਰ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਇਹ ਭਿਆਨਕ ਐਕਸੀਡੈਂਟ ਹੋਇਆ। ਇੱਕ ਸਕੂਲੀ ਬੱਸ ਤੇ ਟਰੱਕ ਦਾ ਭਿਆਨਕ ਸੜਕੀ ਹਾਦਸਾ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਖੇਤ ਵਿੱਚ ਜਾ ਕੇ ਪਲਟ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸਕੂਲੀ ਬੱਸ ਦੇ ਵਿੱਚ ਕਾਫੀ ਬੱਚੇ ਸਵਾਰ ਸਨ ਔਰ ਅਚਾਨਕ ਇਹ ਬੱਸ ਮੇਨ ਰੋਡ ਤੇ ਚੜ ਰਹੀ ਸੀ ਔਰ ਉਧਰੋਂ ਤੇਜ਼ ਰਫਤਾਰ ਦੇ ਨਾਲ ਆ ਰਹੇ ਟਰੱਕ ਦੇ ਨਾਲ ਜ਼ੋਰਦਾਰ ਟੱਕਰ ਹੋਈ। ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਔਰ ਇਹ ਟਰੱਕ ਦਾ ਸੰਤੁਲਨ ਵਿਗੜ ਗਿਆ ਔਰ ਖੇਤ ਵਿੱਚ ਜਾ ਕੇ ਪਲਟ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਗਲਤੀ ਕਿਸ ਦੀ ਸੀ, ਕਿਸ ਦੀ ਵਜ੍ਹਾ ਦੇ ਕਰਕੇ ਇਹ ਭਿਆਨਕ ਹਾਦਸਾ ਹੋਇਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਔਰ ਟਰੱਕ ਦੇ ਡਰਾਈਵਰ ਔਰ ਉਸਦੇ ਸਾਥੀ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਗੁਰਦਾਸਪੁਰ ਕਲਾਨੌਰ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਇਹ ਭਿਆਨਕ ਸੜਕੀ ਹਾਦਸਾ ਹੋਇਆ। ਨਿੱਜੀ ਸਕੂਲ ਦੀ ਬੱਸ ਅਤੇ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ। ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਫਿਲਹਾਲ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਔਰ ਇਸ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ। ਦਰਅਸਲ ਸਕੂਲੀ ਬੱਸ ਮੇਨ ਰੋਡ ਤੇ ਚੜ੍ਹ ਰਹੀ ਸੀ, ਉਧਰੋਂ ਤੇਜ਼ ਰਫਤਾਰ ਦੇ ਨਾਲ ਟਰੱਕ ਆ ਰਿਹਾ ਸੀ। ਦੋਵਾਂ ਦੀ ਭਿਆਨਕ ਟੱਕਰ ਹੋਈ ਔਰ ਇੱਕਦਮ ਟਰੱਕ ਡਰਾਈਵਰ ਨੇ ਸਟੇਅਰਿੰਗ ਮੋੜ ਲਿਆ ਔਰ ਖੇਤ ਵਿੱਚ ਜਾ ਕੇ ਟਰੱਕ ਪਲਟ ਗਿਆ। ਗਣੀਮਤ ਰਹੀ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਗੁਰਦਾਸਪੁਰ ਕਲਾਨੌਰ ਰੋਡ ਤੇ ਦੋਸਤਪੁਰ ਦੇ ਨਜ਼ਦੀਕ ਇਹ ਭਿਆਨਕ ਐਕਸੀਡੈਂਟ ਹੋਇਆ।